ਭਾਜੀ ਭਾਵੇਂ ਫੁੱਲ ਵੈਜੀਟੇਰੀਅਨ ਆ, ਹੁਣ ਆਪਾਂ ਇੱਕ ਚੀਜ਼ ਦੱਸੋ ਮੈਨੂੰ, ਸਿੰਘ ਦਾ ਜਿਹੜਾ ਮਤਲਬ ਆ, ਆਪ ਜੀ ਨੂੰ ਪਤਾ ਆ ਸਿੰਘ ਦਾ ਲਫ਼ਜ਼ ਦਾ ਮਤਲਬ ਕੀ ਆ? ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ, ਮੇਰੀ ਬੇਨਤੀ ਸੁਣੋ, ਫਾਰਸੀ ਦਾ ਲਫ਼ਜ਼ ਆ ਸਿੰਘ, ਸਿੰਘ ਦਾ ਨਾਮ ਸ਼ੇਰ ਆ, ਅਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਜਾਂ ਸ਼ੇਰ ਬਰਗਰ ਬਣ ਜਾਣਗੇ? ਨਹੀਂ, ਬਿਨਾਂ ਗੱਲ ਤੋਂ ਕੀ ਤੁਸੀਂ ਮੈਨੂੰ ਕਲੈਰੀਫਾਈ ਕਰੋ ਕਿ ਤੁਸੀਂ ਕਿਸ ਆਧਾਰ 'ਤੇ ਨਾਮ ਰੱਖਿਆ ਆ? ਉੱਚੀ 'ਚ ਕਰ ਲਾ ਮੇਰਾ ਵੀਰ, ਇੱਥੇ ਰੈਸਟੋਰੈਂਟ 'ਚ ਆ, ਮੇਰਾ ਵੀਰ ਰੈਸਟੋਰੈਂਟ 'ਚ ਆ, ਪ੍ਰੈਸ ਵਾਲੇ ਆਏ ਬੈਠੇ ਆ, ਮੈਂ ਵੀ ਪਿਆਰ ਨਾਲ ਗੱਲ ਕਰਨ ਡਿਆ ਹਾਂ, ਮੈਂ ਰੈਸਟੋਰੈਂਟ 'ਚ ਬੈਠਾ, ਤੁਹਾਡੇ ਪ੍ਰੈਸ ਵਾਲੇ ਵੀਰ ਆਏ ਆ, ਇੱਥੇ ਆ ਜਾਓ, ਮੈਂ ਕਹਿ ਰਿਹਾ ਇੱਥੇ ਆ ਜਾਓ, ਆਰਾਮ ਨਾਲ ਗੱਲ ਕਰ ਲੈਂਦੇ, ਪਹੁੰਚੋ ਇੱਥੇ। ਭਾਈ ਸਾਹਿਬ 6 ਮਹੀਨੇ 'ਚ ਨਹੀਂ ਆਉਣਾ, ਆਪਾਂ ਬੈਠੇ ਹੁਣ ਬੈਠੇ ਹਾਂ, ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਗਲਤੀ ਕੀਤੀ ਆ, ਭਾਈ ਸਾਹਿਬ ਇੱਕ ਪਾਸੇ ਆਪਾਂ ਗਲਤੀ ਕੀਤੀ, ਇੱਕ ਪਾਸੇ ਆਪਾਂ ਹੈਫਰ ਹੋ ਰਹੇ ਦੂਜੇ ਬੰਦੇ ਦੀ ਉੱਚੀ ਆਵਾਜ਼ 'ਚ, ਆਪਾਂ ਤਾਂ ਜਿਹੜਾ ਮੇਰਾ ਬੋਲਣ ਦਾ ਤਰੀਕਾ ਮੈਂ ਤਾਂ ਉੱਦਾਂ ਹੀ ਬੋਲਾਂਗਾ। ਹਾਂ ਠੀਕ ਹੈ, ਤੁਸੀਂ ਰਿਕਾਰਡਿੰਗ ਦੱਸ ਕਰੋ, ਪਰ ਮੈਨੂੰ ਇਹ ਦੱਸੋ ਕਿ ਇਹ ਚੀਜ਼ ਸਹੀ ਆ, ਤੁਸੀਂ ਇਹ ਦੱਸੋ ਇਹ ਚੀਜ਼ ਸਹੀ ਆ। ਭਾਜੀ ਭਾਵੇਂ ਵੈਜੀਟੇਰੀਅਨ ਹੋ ਜੇ, ਭਾਵੇਂ ਨੋਨ ਵੈਜੀਟੇਰੀਅਨ ਹੋ ਜੇ, ਮੇਰੀ ਬੇਨਤੀ ਸੁਣੋ ਇੱਕ ਵਾਰੀ, ਭਾਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨੋਨ ਵੈਜੀਟੇਰੀਅਨ ਹੋ ਜੇ, ਪਰ ਨਾਂ ਕਿਉਂ ਰੱਖੀ ਆਪਾਂ? ਦੇਖ ਮੇਰੀ ਗੱਲ ਸੁਣੋ ਯਾਰ, ਮੈਂ ਜਿਹੜੀ ਚੀਜ਼ ਦਾ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਸਿੰਘ ਨਾਮ ਆਪਾਂ ਕਿਸੇ ਚੀਜ਼ ਦਾ, ਸਿੰਘ ਦਾ ਨਾਂ ਸ਼ੇਰ ਦਾ ਆ, ਆਪਣੇ ਸਿੰਘਾਂ ਦਾ ਨਾਂ ਆ, ਆਪਾਂ ਕਿਸੇ ਦੂਜੀ ਵਸਤੂ ਦਾ, ਖਾਣ ਵਾਲੀ ਵਸਤੂ ਦਾ ਨਾਂ ਕਿੱਦਾਂ ਰੱਖਦਾ? ਭਾਈ ਸਾਹਿਬ ਸਿੰਘਾਂ ਦੇ ਨਾਂ 'ਤੇ ਹੁੰਦੇ, ਇਕੱਲਾ ਸਿੰਘ ਦੇ ਨਾਂ 'ਤੇ ਨਹੀਂ ਹੁੰਦਾ, ਤੁਸੀਂ ਦੱਸੋ ਪੰਜਾਬ ਦੇ ਵਿੱਚ, ਤੁਸੀਂ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ, ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ, ਵੇਖੋ ਜਵਾਬ ਦਿਓ ਮੈਨੂੰ, ਮੈਨੂੰ ਜਵਾਬ ਦਿਓ। ਜਤਿੰਦਰ ਸਿੰਘ ਅਕਾਲੀ ਨਾਮ ਮੇਰਾ, ਜਤਿੰਦਰ ਸਿੰਘ ਅਕਾਲੀ ਬੁੱਢਾ ਦਲ ਤੋਂ ਬੋਲਦਾ ਹਾਂ, ਅਕਾਲੀ ਫੁੱਲਾ ਸਿੰਘ ਸਾਡਾ ਹੈੱਡਕੁਆਟਰ ਆ, ਜਦੋਂ ਮਰਜ਼ੀ ਆਓ ਦਰਬਾਰ ਸਾਹਿਬ ਪਾਰਕਿੰਗ ਦੇ ਲਾਗੇ, ਠੀਕ ਆ। ਦੂਸਰੀ ਬੇਨਤੀ ਮੇਰੀ ਇਹ ਸੁਣੋ ਕਿ ਪੰਜਾਬ ਦੇ ਵਿੱਚ ਕਹਾਵਤ ਹੈ ਪਰੌਂਠਾ ਕਿਹਨੂੰ ਕਹਿੰਦੇ, ਤੁਹਾਨੂੰ ਪਤਾ ਹੈ ਕੀ ਮਤਲਬ ਹੈ? ਬਾਣੀ ਦੇ ਬਣ ਦਾ ਪੂਰਾ ਆ, ਉਹਨੂੰ ਕਹਿੰਦੇ ਆ ਸਿੰਘ, ਸ਼ਹੀਦ ਸਿੰਘ ਆ ਸਾਡੇ ਸਿੰਘ ਆ, ਨਿਹੰਗ ਸਿੰਘ ਆ, ਇਹ ਸਿੰਘ ਹੁੰਦੇ ਆ, ਇਹ ਦੱਲੇ ਮੱਲੇ ਜਿਹੜਾ ਮਰਜ਼ੀ ਉੱਡ ਕੇ, ਕੋਈ ਪਰੌਂਠੇ ਦਾ ਨਾਂ ਲੇਤਾ ਸਿੰਘ, ਕਿਸੇ ਨੇ ਕੋਈ ਬਰਗਰ ਦਾ ਨਾਂ ਲੇਤਾ ਸਿੰਘ। ਗੁਰੂ ਘਰ ਗੁਰੂ ਰਾਮਦਾਸ ਪਾਤਸ਼ਾਹੀ ਨਗਰੀ ਆ, ਇੱਥੇ ਸੰਗਤ ਦਰਸ਼ਨ ਦਾਰੇ ਕਰਨ ਆਉਂਦੇ ਆ। ਇਹ ਜਿਹੜਾ ਮੇਨ ਰਸਤਾ ਅਕਾਲੀ ਫੁੱਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਆ, ਉਹ ਰਸਤੇ ਦੀ ਹੱਦ ਦੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ, ਪੀਜ਼ਾ ਕਿੰਗ ਅਤੇ ਪਰੌਂਠਾ ਸਿੰਘ, ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ। ਕਿ ਦੇਖੋ ਹੋਰ ਵੀ ਬੜੇ ਨਾਂ ਆ, ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ, ਬੜੇ ਨਾਂ, ਬੜੇ ਤਰ੍ਹਾਂ ਦੇ ਚੀਜ਼ਾਂ ਆਉਂਦੀਆਂ ਦੁਨੀਆ ਦੇ ਵਿੱਚ, ਤੁਸੀਂ ਹੋਰ ਨਾਂ ਰੱਖ ਲਓ, ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸ ਕਰਨ ਆਏ ਆ, ਆਪਾਂ ਇਸ ਚੀਜ਼ ਦਾ ਨੂੰ ਕੋਈ ਨਹੀਂ, ਕੋਈ ਗਿਲਵਾ ਨਹੀਂ ਸਾਨੂੰ ਕਿ ਬਾਹਰ ਤੋਂ ਆਏ ਕੰਮ ਕਰਦੇ ਆ, ਕਰੀ ਜਾਣ, ਸਾਥ ਆ ਚੜ੍ਹਦੀ ਕਲਾ, ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਂ ਨੂੰ ਟਾਰਗੇਟ ਨਾ ਕੀਤਾ ਜਾਵੇ। ਪਰ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ, ਉਹ ਵੀ ਗੁਰਸਿੱਖ ਵੀਰ ਆ, ਆਉਂਦਾ ਮੈਂ ਸਿੰਘ ਆ, ਪੱਗਾਂ 'ਚ ਸਿਰਫ ਸਾਉਣ ਵਾਲਾ ਕੰਮ ਹੀ ਆ, ਕਿ ਫਿਰ ਜੇ ਤੁਹਾਨੂੰ ਸੋਚੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿੱਡਾ ਤਗੜਾ ਤੁਹਾਨੂੰ ਰੁਤਬਾ ਦਿੱਤਾ, ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ, ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ, ਆਪਣੇ ਤੁਸੀਂ ਕੇਸ ਕਟਾਈ ਜਾਂਦੇ ਹੋ ਅਤੇ ਨਾਂ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ, ਉਹ ਨਹੀਂ ਚੰਗਾ ਲੱਗਦਾ। ਆਪਾਂ ਇਹ ਵੀਰ ਨੂੰ ਹੱਥ ਬੰਨ ਕੇ ਬੇਨਤੀ ਕੀਤੀ ਕਿ ਵੀਰ ਮੇਰਿਆ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਆਪਾਂ ਨਾਂ ਚੇਂਜ ਕਰੀਏ। ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ, ਉਹ ਜਾਂ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ, ਜੇ 2-3 ਬੋਰਡ ਪਾੜੇ, ਬਾਕੀ 100+ ਬੋਰਡ ਹੈ ਜਿਨ੍ਹਾਂ ਦਾ ਨਾਂ ਉਹਨਾਂ ਦਾ ਮੈਂਸ਼ਨ ਆ, ਬਾਕੀ ਲੋਗੋ ਬਣਾਏ, ਉਹ ਕਹਿੰਦੇ ਕਿ ਸ਼ਾਮ ਦੇ ਘਰ ਆਪਾਂ ਚੇਂਜ ਕਰ ਦਾਂਗੇ। ਅਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਕੋਈ ਵੀ ਇਹੋ ਜਿਹਾ ਕਾਰਜ ਨਾ ਕਰਿਆ ਕਰੋ ਕਿ ਜੇ ਕਿਸੇ ਨੂੰ ਉਸ ਚੀਜ਼ ਦੇ ਉੱਤੇ ਦੁੱਖ ਲੱਗੇ। ਦੇਖੋ ਸਾਰੇ ਆਪਾਂ ਵੀਰ ਭਰਾ ਆ, ਪੰਜਾਬ ਦੀ ਨਗਰੀ ਆ, ਅੰਮ੍ਰਿਤਸਰ ਸਾਹਿਬ ਦੀ ਨਗਰੀ, ਸਾਰੇ ਰਲ ਮਿਲ ਕੇ ਰਹੀਏ,
ਇਹੋ ਬੇਨਤੀ ਕਰਦੇ ਹਾਂ। ਆਪਣਾ ਦਰਬਾਰ ਸਾਹਿਬ ਲੱਗੇ ਪਾਰਕਿੰਗ ਲੱਗੇ ਆ, ਕੀ ਨਾਂ ਰੱਖਿਆ ਗਿਆ ਸੀ? ਪੀਜ਼ਾ ਕਿੰਗ ਪਰਾਠਾ ਸਿੰਘ। ਤੇ ਨਿਹੰਗ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ, ਉਹਨਾਂ ਤੋਂ ਮਾਫੀ ਵੀ ਮੰਗੀ ਆ ਤੇ ਨਾਮ ਹਟਾ ਵੀ ਦਿੱਤਾ ਜਿੱਥੋਂ ਤੋਂ ਤੁਹਾਡਾ ਰਿਹਾ ਤੇ ਸ਼ਾਮ ਦੇ ਵੱਲੋਂ ਗਿਆ ਹੀ ਹੈ। ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ। ਓਨਰ ਕਿੱਥੇ ਨੇ ਜੀ ਤੁਹਾਡੇ ਵਾਲੇ? ਉਹ ਬਾਹਰ ਨੇ, ਆਸਟ੍ਰੇਲੀਆ 'ਚ। ਅੱਛਾ ਜੀ, ਤਾਂ ਉਹਨਾਂ ਦੇ ਵੱਲੋਂ ਲੋਕੋ ਕੀਤਾ ਗਿਆ ਸਰ? ਉਹਨਾਂ ਦੇ ਵੱਲੋਂ ਨਾਮ ਕੀਤਾ ਗਿਆ ਸਰ। ਹਾਂ, ਹੁਣ ਤੁਹਾਨੂੰ ਕਿੰਨੇ ਵਜੇ ਤੱਕ ਟਾਈਮ ਦਿੱਤਾ ਗਿਆ ਜਿੱਥੇ? 5 ਵਜੇ ਤੱਕ। ਕੀ ਕਿਹਾ ਗਿਆ ਨਾਮ ਲਵਾ ਕੇ? ਕੀ ਨਾਮ ਹਟਾ ਦਿਓ ਤੇ ਆਪਾਂ ਸ਼ਾਮ ਤੱਕ ਨਾਮ ਸਾਰਾ ਚੇਂਜ ਕਰ ਦੇਣਾ, ਸਿੰਘ ਜਿੱਥੇ ਵੀ ਲੱਗੇ ਹੋਇਆ। ਤਾਂ ਹੁਣ ਕੀ ਨਾਮ ਰਖਾਇਆ ਜਾ ਰਿਹਾ ਤੁਹਾਡੇ ਵੱਲੋਂ? ਆਪਾਂ ਕਿੰਗ ਹੀ ਰੱਖਾਂਗੇ ਫਿਰ। ਅੱਛਾ ਜੀ, ਪਰਾਠਾ ਕਿੰਗ, ਸਿੰਘ ਕਟਾ ਕੇ ਕਿੰਗ। ਜੀ ਜੀ ਜੀ।